ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਮੌਜੂਦ ਹਾਂ। 2 ਸਾਲ ਬਾਅਦ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਅੱਜ ਰੌਣਕਾਂ ਪਰਤੀਆਂ ਨੇ। ਛੋਟੇ ਪੈਰੀ ਛੋਟਾ ਸਿੱਧੂ ਮੂਸੇਵਾਲਾ ਪਿੰਡ ਮੂਸਾ ਹਵੇਲੀ ਦੇ ਵਿੱਚ ਵਾਪਸ ਪਰਤਿਆ ਗਾ, ਤਾਂ ਅੱਜ ਪੂਰੇ ਏਰੀਏ ਦੇ ਵਿੱਚ ਦੇਸ਼ਾਂ ਵਿਦੇਸ਼ਾਂ 'ਚ ਸਿੱਧੂ ਦੀ ਖੁਸ਼ੀ ਮਨਾਈ ਜਾ ਰਹੀ ਹੈ। ਸਿੱਧੂ ਮੂਸੇਵਾਲਾ ਛੋਟਾ ਮੂਸੇਵਾਲਾ ਨੇ ਜਨਮ ਲਿਆ ਗਾ। ਸਾਡੇ ਨਾਲ ਸਿੱਧੂ ਮੂਸੇਵਾਲੇ ਦੀ ਮਾਸੀ ਅਤੇ ਸਿੱਧੂ ਮੂਸੇਵਾਲੇ ਦੀਆਂ ਦਾਦੀਆਂ ਮੌਜੂਦ ਨੇ, ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਕੀ ਕਹੋਗੇ ਮਾਤਾ ਜੀ ਅੱਜ ਸਿੱਧੂ ਮੂਸੇਵਾਲਾ ਦੇ ਮਾਸੀ ਜੀਓ ਖੁਸ਼ੀਆਂ ਵਾਪਸ ਪਰਤੀਆਂ ਨੇ, ਲੱਡੂ ਵੰਡੇ ਜਾ ਰਹੇ ਹਾਂ? ਅੱਜ ਬਹੁਤ ਖੁਸ਼ ਹਾਂ, ਪੁੱਤ ਜਿੰਨਾ ਵੀ ਕਹੋ ਓਨਾ ਹੀ ਖੁਸ਼ ਹਾਂ। ਸਾਡਾ ਸਿੱਧੂ ਵਾਪਸ ਆ ਗਿਆ। ਸਾਡੀ ਵੱਡੀਆਂ ਮਾਸੀਆਂ ਦੀ ਉਮਰ, ਉਹਦੇ ਪਿਓ ਨੂੰ, ਉਹਦੀ ਮਾਂ ਨੂੰ, ਉਹ ਛੋਟੇ ਸਿੱਧੂ ਨੂੰ, ਜਿਹੜੀ ਸਾਡੀ ਰਹਿੰਦੀ ਆ ਉਹਨਾਂ ਨੂੰ ਲੱਗੀ, ਬਸ ਅਸੀਂ ਇੰਨੇ 'ਚ ਖੁਸ਼ ਹਾਂ। ਤੁਹਾਡੇ ਲਈ ਤਾਂ ਗੱਗੂ ਸੀ, ਲੋਕਾਂ ਲਈ ਮੂਸੇਵਾਲਾ ਸੀ, ਕੀ ਇਹ ਬੱਚਾ ਜਿਹੜਾ ਨਵਾਂ ਜਨਮ ਲਿਆ ਪਾਊਗਾ ਤੱਕ ਫਿਰ ਉਵੇਂ? ਹਾਂਜੀ, ਉਵੇਂ ਪਾਊਗਾ ਜਿਵੇਂ ਪਰਮਾਤਮਾ ਨੇ ਮੋੜਿਆ, ਉਵੇਂ ਤੱਕ ਪਾਊਗਾ। ਜਿਵੇਂ ਸਾਰਿਆਂ ਦੀਆਂ ਦੁਆਵਾਂ ਦੇ ਨਾਲ ਸਿੱਧੂ ਆਪਦੀ ਹਵੇਲੀ ਪਹੁੰਚ ਗਿਆ, ਉਵੇਂ ਤੱਕ ਪਾਊਗਾ। ਰਾਤ ਨੂੰ ਸਿੱਧੂ ਦੀ ਕਮੀ ਤਾਂ ਦੇਖੋ ਹਰ ਇੱਕ ਪਰਿਵਾਰ ਨੂੰ ਮਹਿਸੂਸ ਹੁੰਦੀ ਸੀ, ਲੱਗਦਾ ਸੀ ਵੀ ਸਿੱਧੂ ਦੇ ਘਰ ਦੁਬਾਰਾ ਖੁਸ਼ੀ ਪਰ? ਹਾਂਜੀ, ਸਾਨੂੰ ਯਕੀਨ ਸੀ ਪਰਮਾਤਮਾ 'ਤੇ, ਸਾਨੂੰ ਪੂਰੇ ਯਕੀਨ ਸੀ ਵੀ ਆਊਗਾ। ਸਾਡੇ ਨਾਲ ਵਾਅਦੇ ਕਰਕੇ ਗਿਆ ਸੀ ਵੀ ਮੈਂ ਆਊਂਗਾ। ਸਿੱਧੂ ਆਖਰੀ ਵਾਰ ਕਦੋਂ ਮਿਲਿਆ ਸੀ ਤੁਹਾਨੂੰ? 15 ਦਿਨ ਪਹਿਲਾਂ ਮੈਂ ਇੱਥੇ ਆ ਕੇ ਗਈ ਹਾਂ ਉਹਦੇ ਜਾਣ ਤੋਂ, ਮੇਰੇ ਕੋਲ 1 ਮਹੀਨਾ ਕੁ ਹੋ ਗਿਆ ਸੀ। ਹਾਂਜੀ, ਸਾਡੇ ਨਾਲ ਵਾਅਦਾ ਸੀ, ਉਹਦੇ ਆਪਦਾ ਵਾਅਦਾ ਪੂਰਾ ਕਰ ਲਿਆ, ਵਾਪਸ ਆ ਗਿਆ। ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ। ਬਸ ਬਿਲਕੁਲ, ਸਾਡੇ ਨਾਲ ਸਿੱਧੂ ਮੂਸੇਵਾਲਾ ਦੀ ਘਰਾਂ 'ਚ ਦਾਦੀ ਨੇ। ਮਾਤਾ ਜੀ ਪਹਿਲਾਂ ਤਾਂ ਮੁਬਾਰਕਾਂ ਨੇ ਤੁਹਾਨੂੰ। ਮੁਬਾਰਕਾਂ ਸਭ ਨੂੰ, ਸਾਰੇ ਨੂੰ ਮੁਬਾਰਕਾਂ। ਕੀ ਕਹੋਗੇ ਅੱਜ ਮੂਸੇ ਦੇ ਵਿੱਚ ਖੁਸ਼ੀਆਂ ਜਿਹੜੀਆਂ ਦੁਬਾਰਾ ਭਰਤੀਆਂ ਨੇ ਹਵੇਲੀ? ਮਤਲਬ ਅਸੀਂ ਵਾਹਿਗੁਰੂ ਦੇ ਸ਼ੁਕਰਾਨਾ ਕਰਦੇ ਸਾਡਾ ਬੱਚਾ ਵਾਪਸ ਮੋੜਿਆ, ਪਰ ਪੂਰੀ ਸਾਡੇ ਕੋਠੀ 'ਚ ਵੀ ਰੌਣਕਾਂ ਨੇ, ਅੰਦਰਲੇ ਘਰੇ ਵੀ ਰੌਣਕਾਂ ਨੇ, ਪਿੰਡ 'ਚ ਵੀ ਰੌਣਕਾਂ ਨੇ। ਬਹੁਤ ਬਹੁਤ ਧੰਨਵਾਦ ਹੈ ਪਰਮਾਤਮਾ ਦਾ, ਸਾਡਾ ਸਿੱਧੂ ਵਾਪਸ ਮੋੜਿਆ। ਗਲੀਆਂ ਉਦਾਸ ਹੋ ਗਈਆਂ ਸੀ ਗੱਗੂ ਬਿਨਾਂ? ਹੋ ਗਈਆਂ ਤੇ ਜਮ੍ਹਾਂ ਹੋ ਗਈਆਂ ਤੇ, ਆਪ ਵੀ ਦਾਸ ਹੋ ਗਏ ਤੇ ਗਲੀਆਂ ਵੀ ਹੋ ਗਈਆਂ ਤੇ, ਅਸੀਂ ਕੋਈ ਗੱਲ ਨਹੀਂ ਤੇ ਕੋਈ ਡਾਇਰੈਕਟ ਵੀ ਦਾਸ ਹੋ ਗਏ ਤੇ ਬੰਦਿਆਂ ਤਾਂ ਹੋਣਾ ਹੀ ਹੋਣਾ ਤੇ, ਅਸੀਂ ਤਾਂ ਮੈਨੂੰ ਬਹੁਤ ਖੁਸ਼ੀ ਹੈ। ਹਰ ਇੱਕ ਦੀ ਅੱਖਾਂ ਤੇ ਮੱਥੇ ਦੇ ਉੱਪਰ ਜਿਹੜੀ ਉਦਾਸੀ ਸੀਗੀ, ਅੱਜ ਦੇਖਿਆ ਜਾਂਦਾ ਖੁਸ਼ੀ ਖੁਸ਼ੀ ਅੱਜ ਖੁਸ਼ੀ ਹੋ ਗਈ ਸਾਰਿਆਂ ਦੀ, ਚੱਕੀ ਗਈ ਉਦਾਸੀ, ਉਦਾਸੀ ਚੱਕੀ ਗਈ। ਪਰ ਸੰਤ ਮੇਰ ਤੇ ਉਦਣ ਦੇ ਜਿੱਦਣ ਦੇ ਸਾਡੇ ਪੈਰ ਧਰੇ ਸੀ ਉਹਨੇ ਵੀ ਵਾਪਸ ਆਊਗਾ, ਪਰ ਅੱਜ ਸਾਰਿਆਂ ਨੇ ਚਾਨਣ ਹੋ ਗਿਆ ਵੀ ਆ ਗਿਆ ਵਾਪਸ। ਹੁਣ ਫਿਰ ਹੋਊਗੀ ਮੂਸੇਵਾਲਾ? ਮੂਸੇਵਾਲਾ ਹੋਊਗੀ, ਹੋਊਗੀ ਹੋਊ ਕਿਵੇਂ ਨੀ, ਜਦੋਂ ਪਰਮਾਤਮਾ ਨੇ ਮੰਗ ਭੇਜਿਆ ਵਾਪਸ, ਵਾਹਿਗੁਰੂ ਆਪੇ ਜਾਣੋ ਜਾਣ ਤੇ, ਜੇ ਵੱਡੇ ਪੈਰੀ ਲੈ ਗਿਆ ਤੇ ਅੱਜ ਸਾਡੇ ਕਾਲਜ ਠੰਡ ਪਾਤੀ, ਛੋਟੇ ਪੈਰੀ ਮੋੜਤਾ। ਜਿਸ ਤਰ੍ਹਾਂ ਵੱਡਾ ਸਿੱਧੂ ਮੂਸੇਵਾਲਾ ਕਹਿੰਦਾ ਸੀ 11 ਬੰਬੇ ਦੀਆਂ ਸੜਕਾਂ ਦੇ ਭੱਜਦਾ, ਤੇ ਭੱਜੂਗਾ ਫਿਰ ਭੱਜੂਗਾ, ਜਮਾਂ ਭੱਜੂਗਾ ਸੁਪਨਾ ਦੇ ਭੱਜੂ, ਪਿੰਡ 'ਚ ਵੀ ਭੱਜੂਗਾ, ਬੱਚੇ ਬੱਚੇ ਦੇ ਬੱਚੇ ਚਲਾਉਂਦੇ ਕਿਵੇਂ ਭੱਜੂਗਾ। ਉਡੀਕ ਰਹੇ ਸੀ ਸਿੱਧੂ ਦੇ ਝੋਟੇ ਜਿਹੜੇ ਉਡੀਕ ਰਹੇ ਤੇ, ਹਾਂ ਝੋਟੇ ਉਡੀਕ ਰਹੇ ਤੇ, ਕਿੰਨਾ ਮਸ਼ੀਨਰੀ ਖੜੀ ਉਡੀਕਦੀ ਤੀ ਉਹਨੂੰ, ਤੇ ਅੱਜ ਪਰ ਬਹੁਤ ਖੁਸ਼ੀ ਹੋਈ ਮਸ਼ੀਨਰੀ ਦਾ ਮਾਲਕ ਘਰੇ ਆ ਗਿਆ, ਤੇ ਮਾਲਕ ਆ ਗਿਆ ਘਰੇ ਬੈਠੇ, ਪੂਰੀ ਵਾਹਿਗੁਰੂ ਵਾਹਿਗੁਰੂ ਨੇ ਕਰੀ, ਹਾਂ ਵਾਹਿਗੁਰੂ ਨੇ ਪੂਰੀ ਆਸ ਕਰਤੀ ਸਾਡੀ, ਜਿਹੜੇ ਬੱਚਿਆਂ ਨੂੰ ਵੀ ਆਸ ਤੀ ਵੀ ਬੱਚਾ ਆਊਗਾ, ਸੁਪਨਾ 'ਚ ਵੀ ਆਉਂਦਾ ਸੀ ਬੱਚਾ ਆਊਗਾ, ਪਰ ਆ ਗਿਆ ਸਾਡੇ ਅੱਜ ਘਰੇ। ਰਾਤਾਂ ਨੂੰ ਵੀ ਦੇਖਦੇ ਸੀ ਵੀ ਸਿੱਧੂ? ਦੇਖਦੇ ਤੇ ਜੀ, ਜਿੱਥੇ ਫੋਟੋਆਂ ਲੱਗੀਆਂ ਹੁੰਦੀਆਂ ਤੇ ਹਰ ਟਾਈਮ ਦੇਖਦੇ ਤੇ, ਜੋ ਟੀ ਵੀ 'ਚ ਦੇਖਦੇ ਤੇ ਫੋਟੋਆਂ ਦੇਖਦੇ ਤੇ ਉਦੋਂ ਐਂ ਲੱਗਦਾ ਵੀ ਸਿੱਧੂ ਤੈਨੂੰ ਅਸੀਂ ਦੇਖੀ ਜਾਂਦੇ, ਤੂੰ ਨਹੀਂ ਸਾਨੂੰ ਦੇਖਦਾ, ਸਾਡੇ ਤਾਂ ਗੱਗੂ 'ਚ ਹੁਣ ਵੀ ਗੱਗੂ ਰਹੂਗਾ। ਠੀਕ ਹੈ, ਬੱਚੇ ਨੇ ਵੀ ਸਿੱਧੂ ਦੇ ਗੀਤ 'ਚ? ਹਾਂਜੀ, ਇਹ ਗੀਤ ਗਾਏ ਤੇ ਇਹਦਾ, ਇਹ ਛੋਟਾ ਸਿੱਧੂ ਬਣਾਇਆ ਤੇ ਮਾਂ ਗੀਤ 'ਚ, ਇਹ ਵੀ ਬਣਾਇਆ ਜੀ। ਕਿਹੜੇ ਗੀਤ 'ਚ ਗਾਇਆ ਸੀਗਾ ਤੂੰ? ਮੇਰ ਬਾਬਾ। ਫਿਰ ਦੁਬਾਰੇ ਆ ਗਿਆ ਸਿੱਧੂ ਤੇਰਾ ਭਰਾ ਛੋਟਾ? ਆ ਗਿਆ। ਹਾਂ, ਪਾਊ ਤੱਕ ਫਿਰ ਮਾਰਦਾ ਸੀ ਫਿਰ ਕਿਤਾਬੀ ਮਾਰ ਕੇ ਦਿਖਾ ਦੇ ਇੱਕ ਪਾਲੀ। ਕੀ ਕਹੋਗੇ
ਦੁਬਾਰਾ ਝੋਟਾ ਆ ਗਿਆ ਹਨਾ ਸਿੱਧੂ ਮੂਸੇ ਵਾਲਾ, ਜਿਹਨੂੰ ਝੋਟੇ ਦੇ ਨਾਲ ਨਾਲ ਪੂਰੀ ਦੁਨੀਆ ਜਾਣਿਆ ਜਾਂਦਾ। ਮਰਬਾਹੂ ਫਕਾਰੇ ਫਿਰ ਅੱਜ ਨੜ ਗਿਆ, ਪੂਰੇ ਵੱਜਣਗੇ ਬਾਈ ਜਮਾ ਪੂਰੇ, ਦੇਖੀ ਜਦੋਂ ਸ਼ਾਮ ਨੂੰ 7 ਵਜੇ ਵੱਜਣਗੇ ਉਦੋਂ ਆਇਓ ਦੇਖਿਓ ਫਿਰ। ਤੇ ਪਰ ਮੈਂ ਅੱਜ ਤੈਨੂੰ ਕਹਿਣਾ ਤੂੰ ਸਪੀਚ ਉਹਦੀ ਧਾਕਣ ਨਹੀਂ ਦੇ ਲੈ, ਪੁੱਛ ਰਿਹਾ ਸਵਾਲ ਠੰਡਾ ਹੋ ਜਾ ਤੂੰ ਅੱਜ ਕੱਲ੍ਹ ਭਾਵ ਖੁਸ਼ੀ ਨਾਲ ਹੀ ਭਾਵ ਖੁਸ਼ੀ ਨਹੀਂ ਸਰ ਬਾਈ ਖੁਸ਼ੀ ਨਾਲ ਹੀ ਭਾਵ ਖੁਸ਼ੀ ਤਾਂ ਦੇਖ ਸਾਨੂੰ ਬਹੁਤ ਵੱਡੇ ਪਹਿਲਾਂ ਮਤਲਬ ਜਦੋਂ ਆਉਂਦੇ ਸੀ ਨਾਰਾਜ਼ ਸੀ ਇੱਥੇ, ਪਰ ਅੱਜ ਦਿਨ ਬਹੁਤ ਭਾਗਾਸ਼ਾਲੀ ਚੜਿਆ, ਅਸੀਂ ਬਹੁਤ ਖੁਸ਼ ਹਾਂ ਯਾਰ ਤੇ ਅੱਜ ਪੂਰੇ ਧੱਕ ਪਾਵਾਂਗੇ ਪੂਰੀ ਪਾਉਂਗੇ ਪੂਰਾ ਬੱਜੂ ਫਕਾਰਾ ਜਾਊਗਾ ਦੇਸਾਂ ਦੇਸਾਂ ਕੋਈ ਪੂਰਾ ਦੇਸਾਂ ਤੋਂ ਗਾਂਢ ਪਾ ਦਾਂਗੇ ਯਾਰ, ਕਾਲੇ ਕਾਲਿਆਂ ਤੱਕ ਪਾ ਦਾਂਗੇ ਇੰਨਾ ਫਕਾਰਾ ਬੱਜੂ। ਜਿਹੜੇ ਵਿਰੋਧੀ ਹੁਣ ਆਪ ਚੱਕੀ ਫਿਰਦੇ ਸਿੰਘ ਜੀ ਉਹਨਾਂ ਦੇ ਭੋਰ ਦੇ ਸਿੰਘ ਤੋਂ ਤਾਂ ਪਹਿਲੇ ਹੀ ਭੁਰ ਗਏ ਸੀਗੇ, ਉਹ ਤਾਂ ਕੋਈ ਤਾਂ ਪਹਿਲੇ ਹੀ ਭੁਰੇ ਹੋਏ ਨੇ ਤੇ ਉਹ ਨਾ ਹੀ ਉਹਨਾਂ ਨੂੰ ਚੱਕਣ ਦੀਏ ਨਾ ਚੱਕਣ ਦਈਏ ਕਦੇ, ਉਹ ਤਾਂ ਹੀ ਰਹਿਣਗੇ। ਲੱਗਦਾ ਦੁਬਾਰੇ ਫਿਰ ਬਿੱਲ ਬੋਰਡ ਤੇ ਕੱਪੜਾ ਖੋਲ ਕੇ ਕੱਪੜਾ ਕਦੋਂ ਮਰਵਾਉਂਗੇ ਕੱਪੜਾ, ਬਸ ਸਿੱਧੀ ਉਹਦਾ ਵੈਸੇ ਜਦੋਂ ਗੀਤ ਆਉਂਦਾ ਵੱਜ ਹੀ ਜਾਂਦਾ, ਹੁਣ ਦੇਖੀ ਹੁਣ ਸਿੱਧੀ ਮਰਵਾ ਦੇ ਅੱਜ ਫੇਸਬੁੱਕ ਹੈਗਾ ਜੀ, ਚੈੱਕ ਕਰੋ ਅੱਜ ਫੇਸਬੁੱਕ ਚੈੱਕ ਕਰੋ ਸਾਰਾ ਫੇਸਬੁੱਕ ਹੈਗਾ ਜੀ, ਲਗਾਉਟ ਤੁਰੀ ਫਿਰਦੀ ਹੈ ਜਿਹੜੀਆਂ ਜਿਹੜੀਆਂ ਲਗਾਉਣਾ ਲਗੂਣਾ ਕੋਈ ਮਾੜਾ ਮੋਟਾ ਗਲਤ ਬਾਤ ਬੋਲਦੀਆਂ ਅੱਜ ਉਹ ਧਿਆਉਂਦੀਆਂ ਨਹੀਂ ਕਿਤੇ ਹੈਗੀਆਂ ਕਿੱਥੇ ਨੇ। ਹਾਂਜੀ ਬਿਲਕੁਲ, ਹਾਂ ਤੁਸੀਂ ਉਸ ਦਿਨ ਵੀ ਕਿਹਾ ਸੀਗਾ ਵੀ ਜਦੋਂ ਖੁਸ਼ੀ ਆਈ ਅਸੀਂ ਆਪ ਬੁੱਕ ਰਹੇ, ਕੁਛ ਲੋਕਾਂ ਨੂੰ ਵੀ ਫੇਸਬੁੱਕ ਤੇ ਪਾਈ ਜਾਂਦੇ ਸੀਗੇ ਜਦੋਂ ਜਦੋਂ ਪਹਿਲਾਂ ਤਾਂ ਬਾਪੂ ਜੀ ਨੇ ਆਪਦੇ ਪੇਜ ਤੇ ਪਹਿਲੇ ਇਹਨਾਂ ਨੇ ਦੇਖੋ ਸਾਰੇ ਦੁਨੀਆਂ ਨੂੰ ਦੱਸਤਾ ਸੀ, ਕਿਉਂਕਿ ਏਡੀ ਵੱਡੀ ਖੁਸ਼ੀ ਹੈ ਕੌਣ ਆ ਦੱਸੀਏ। ਤੇ ਪਹਿਲਾਂ ਜਿਹੜੀਆਂ ਹਵਾਵਾਂ ਉੱਡਦੀਆਂ ਸੀ ਅਸੀਂ ਪਹਿਲਾਂ ਪੱਤਰਕਾਰਾਂ ਨੂੰ ਬੇਨਤੀ ਵੀ ਕਰਦੇ ਸੀ ਬਾਈ ਜੀ ਨਾ ਤੁਸੀਂ ਇੱਦਾਂ ਦੀਆਂ ਗੱਲਾਂ ਲਾਓ, ਜਦੋਂ ਆਊਗੀ ਅਸੀਂ ਤੁਹਾਨੂੰ ਪਹਿਲਾਂ ਸਾਰੀ ਗੱਲਬਾਤ ਮਾੜੀ ਮਾੜੀ ਦੱਸਾਂਗੇ। ਦੇਖੋ ਅੱਜ ਖੁਸ਼ੀ ਆ ਸਾਰਾ ਪਿੰਡ ਸਾਰਾ ਨਗਰ ਸਾਡੀਆਂ ਦਾਦੀਆਂ ਮਾਸੀਆਂ ਸਾਰੀਆਂ ਅੱਜ ਇੱਥੇ ਬਹਿ ਕੇ ਖੁਸ਼ੀ ਮਨਾ ਰਹੇ ਹਾਂ, ਤਾਂ ਤੁਹਾਨੂੰ ਸਾਰਿਆਂ ਨੂੰ ਦੱਸ ਰਿਹਾ ਵੀ ਹਾਂ ਸਿੱਧੂ ਆ ਗਿਆ ਜੀ ਦੁਬਾਰੇ। ਉੱਧਰ ਦੂਜੇ ਪਾਸੇ ਮੈਨੂੰ ਲੱਗਾ ਚੱਲ ਪਿਆ ਲਾਤਾ, ਇੱਧਰ ਚਲਾਤਾ ਜੀ ਨਾੜ ਕੇ ਸਾਰੇ ਡੈਕ ਚੱਲਦੇ ਜੀ, ਨੱਚਾਂਗੇ ਹੁਣ ਅਸੀਂ ਉੱਥੇ ਜਾ ਕੇ ਸਾਰੀ ਰਾਤ ਸਾਰੇ। ਹਾਂ ਦਿਵਾਲੀ ਮਨਾਵਾਂਗੇ ਅੱਜ। ਪਰ ਇੱਕ ਗੱਲ ਦੱਸੋ ਦਰਸ਼ਕਾਂ ਨੂੰ, ਕਿੰਨੇ ਚਿਰ ਬਾਅਦ ਅੱਜ ਖੁਸ਼ੀ ਮੂਸੇ ਦੇ ਵਿੱਚ ਮਨਾ ਰਹੇ ਆ ਪੂਰੀ ਜਿਹੜੀ ਪਹਿਲਾਂ ਖੁਸ਼ੀ ਮਨਾਈ? ਜਦੋਂ ਤੱਕ ਦਾ ਬਾਈ ਇੱਥੋਂ ਹਵੇਲੀ 'ਚ ਚਲਾ ਗਿਆ ਸੀ, ਉਦੋਂ ਬਾਅਦ ਸਾਰਿਆਂ ਦੇ ਮੂੰਹ 'ਤੇ ਨਰਾਸਾ ਸੀ ਜੀ, ਅੱਜ ਦਾਦੀਆਂ ਸਾਡੀਆਂ ਬੈਠੀਆਂ ਨੇ ਕਿਸੇ ਦੇ ਮੂੰਹ 'ਤੇ, ਅੱਜ ਖੁਸ਼ੀ ਆ ਸਾਨੂੰ ਸਾਰਿਆਂ ਨੂੰ। ਤਿਉਹਾਰ ਵੀ ਤੁਸੀਂ ਨਹੀਂ ਮਨਾਇਆ? ਨਹੀਂ ਕੋਈ ਤਿਉਹਾਰ ਨਹੀਂ ਮਨਾਇਆ ਬਾਈ, ਜਗਮਗ ਹੋ ਜੂ ਪੂਰੀ ਜਮਾ ਜੀ। ਮੈਂ ਕਹਿੰਦਾ ਇਕੱਲੇ ਇਕੱਲੇ ਘਰੇ ਅੱਜ ਵੀ ਦੇਖੋ ਬੜਾਕੇ ਚੱਲਣਗੇ ਜੀ, ਅੱਜ ਦੀਵੇ ਲਾਉਣਗੇ ਇਕੱਲੇ ਇਕੱਲੇ ਘਰ ਦੀਵਾ ਜਲਾ ਲੈਣੇ। ਤੇ ਨਾਲ ਅਸੀਂ ਇੱਕ ਬੇਨਤੀ ਵੀ ਕਰਾਂਗੇ, ਸੁਨੇਹਾ ਵੀ ਹੈ ਸਾਡੇ ਉਹਨੂੰ, ਮਤਲਬ ਮਾਤਾ ਜੀ ਨੇ ਪਹਿਲਾਂ ਵੀ ਇੱਕ ਵਾਰੀ ਸੁਨੇਹਾ ਦਿੱਤਾ ਸੀਗਾ ਜਦੋਂ ਐਕਸੀਡੈਂਟ ਵਾਪਰਿਆ ਸੀ, ਤਾਂ ਅੱਜ ਰੁੱਖ ਜ਼ਰੂਰ ਲਾਇਓ ਬਾਈ ਦੇ ਨਾਮ ਦੇ, ਇੱਕ ਸਾਰੇ ਘਰ ਘਰ ਲਾਇਓ ਅਤੇ ਫਲਦਾਰ ਬੂਟਾ ਲਾਇਓ, ਅਤੇ ਫਿਰ ਜਿਵੇਂ ਜਿਵੇਂ ਬਾਈ ਦਾ ਕਦ ਤਾਂ ਵੱਧਦਾ ਜਾਊਗਾ ਤਾਂ ਮੈਂ ਉਹ ਬੂਟਾ ਵੀ ਵਧੂਗਾ। ਵੱਡੀ ਗੱਲ ਆ, ਪਹਿਲੀ ਤੁਰੀ ਗੱਲ ਰੋਕਦਾ, ਐਤਵਾਰ ਦੇ ਦਿਨ ਸੀ ਜਦੋਂ ਸਿੱਧੂ ਵਿਛੜਿਆ ਸਾਡੇ ਤੋਂ, ਅੱਜ ਵੀ ਐਤਵਾਰ ਦਾ ਦੇਖੋ ਕਿੱਡੀ ਵੱਡੀ ਨਹੀਂ, ਇੱਥੋਂ ਇਹ ਸਾਰੇ ਸੁਨੇਹੇ ਮਿਲ ਰਹੇ ਆ ਵੀ ਦੁਬਾਰੇ ਉਵੇਂ ਆ ਰਿਹਾ ਬਾਈ, ਕਿਉਂਕਿ ਐਤਵਾਰ ਨੂੰ ਗਿਆ ਸੀ ਅਤੇ ਐਤਵਾਰ ਨੂੰ ਵਾਪਸ ਆ ਗਿਆ, ਹਾਂ ਉਸੇ 'ਤੇ ਆਇਆ ਅਤੇ ਹੁਣ ਜਿਹੜੇ ਅਗਲੇ ਸਿਸਟਮ ਸਾਰਾ ਉਵੇਂ ਆਊਗਾ ਜੀ। ਹਾਂਜੀ ਹਾਂਜੀ, ਪੰਜ ਦੇਖੋ ਸ਼ਾਮ ਦਾ 5 ਵਜੇ, ਸੁਬਾਹ ਦਾ 5 ਵਜੇ, ਦੇਖੋ ਟਾਈਮ ਵੀ ਸੇਮ ਹੈ ਦਿਨ ਵੀ ਸੇਮ ਹੈ, ਅਤੇ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਿਓ ਵੀ ਆਉਣ ਵਾਲੇ ਦਿਨ ਕਿਹੋ ਜਿਹੇ ਹੋਣਗੇ ਜੀ। ਮਾਤਾ ਜੀ ਸਿੱਧੂ ਦੇ ਦਾਦੀ ਹੋ, ਕਿੰਨੇ ਕੁ ਖੁਸ਼ੀ ਹੈ? ਬਾਹਲੀ ਖੁਸ਼ੀ ਹੈ ਜੀ, ਅੱਜ ਤਾਂ ਬਹੁਤ ਖੁਸ਼ੀ ਹੈ, ਅੱਜ ਤਾਂ ਬਹੁਤ ਦਿਨ ਬਹੁਤ ਅੱਛਾ ਚੜ੍ਹਿਆ ਸਾਨੂੰ ਉਹ ਹੈ, ਅਤੇ ਵੀ ਜਦੋਂ ਸਾਡੇ ਵੱਡੇ ਪੈਰ ਗੱਗੂ ਨਾਲ ਕਿਵੇਂ ਸਮਾਂ ਬਿਤਾਉਂਦੇ? ਗੱਗੂ ਨਾਲ ਬਹੁਤ ਸਮਾਂ ਬਚਾਉਂਦੇ ਸੀ, ਬਹੁਤ ਖਿਡਾਉਂਦੇ ਸੀ, ਜਦੋਂ ਆਪਦਾ ਪੋਤਾ ਖਿਡਾਉਣਾ ਤਾਂ ਹੈਗੀ ਸੀ ਵੀ ਇਹ ਹੈ, ਬਹੁਤ ਉਹਦੇ ਨਾਲ ਸੀ ਜਦੋਂ ਉਹ ਹੋ ਗਿਆ 2 ਸਾਲ ਹੋ ਗਏ, ਹੁਣ ਬਸ ਜਮਾਂ ਕੋ ਬੀਤੇ ਪਏ ਸੀ, ਹੁਣ ਮਹਾਰਾਜ ਨੇ ਹੇ ਸੱਚੇ ਪਾਤਸ਼ਾਹ ਮੇਰੇ ਪੁੱਤ ਦਾ ਤਮੀਰੀ ਨੂੰ ਪੁੱਤ ਨੂੰ ਦੇਖ ਕੇ ਤੇ ਨੂੰਹ ਦੇਖ ਕੇ ਬਸ ਆਇਆ, ਮੈਂ ਆਇਆ ਹਦੀ ਮੈਨੂੰ ਕਹਿੰਦਾ ਸੀ, ਕਹਿੰਦਾ ਦਾਦੀ ਤੂੰ 4 ਸਾਲ ਜਮੇਗੀ? ਮੈਂ ਕਿਹਾ ਪੁੱਤ ਮੇਰਾ ਕੀ ਪਤਾ, ਭਾਵੇਂ ਸਵੇਰੇ ਮਰ ਜਾ, 3 ਦਿਨ ਪਹਿਲਾਂ ਟੱਕਰਿਆ, ਤੀਜੇ ਦਿਨ ਸਾਨੂੰ ਦੋਨਾਂ ਨੂੰ ਕਾਹ ਬੈਠੇ ਮੇਰੀ ਜਠਾਣੀ, ਸਾਨੂੰ ਟੱਕਰਿਆ, ਕਹਿੰਦਾ ਦਾਦੀ ਤੂੰ 4 ਸਾਲ ਕੱਟੀ, ਆਪਾਂ ਵਿਆਹ ਵੀ ਕਰਾਂਗੇ, ਆਪਾਂ ਇੱਥੇ ਸਾਰਾ ਇੱਕੋ ਹੀ ਘਰ ਆ ਵਿੱਚ ਇੱਥੇ ਅਸੀਂ ਰਹਿੰਦੇ ਹਾਂ ਜੀ, ਇਹਨਾਂ ਨੂੰ ਪਤਾ, ਕਹਿੰਦਾ ਇੱਥੇ ਆਪਾਂ ਇੱਥੇ ਸਭ ਕੁਛ ਕਰਾਂਗੇ, ਤੂੰ ਉਹ ਰਹੀ। ਮੈਂ ਕਿਹਾ ਮੈਂ ਫਿਰ ਹੁਣ ਆਪਦੇ ਮਨ ਚੈੱਕ ਕਰਨੀ, ਪੁੱਤ ਮੈਂ ਕਾਹ ਬੈਠੀ, ਤੂੰ ਨਹੀਂ ਸੁਣਦਾ, ਹੁਣ ਆ ਗਿਆ ਛੋਟੀ ਘਰ ਜਾ ਕੇ, ਹੁਣ ਦੁਬਾਰੇ ਮਿਲ ਗਿਆ, ਹੁਣ ਬਹੁਤ ਖੁਸ਼ੀ ਹੈ।
ਸਿੱਧੂ ਦੀ ਕੋਈ ਬਚਪਨ ਦੀ ਯਾਦ ਮਾਤਾ ਜਿਹੜਾ ਗਲੀਆਂ ਚ ਖੇਡਦੇ ਹੋਏ ਬੱਚੇ ਦੇਖਦਾ, ਕੋਈ ਟਾਇਰ ਬਣਾਈ ਫਿਰਦਾ, ਕੋਈ ਇਦਾਂ ਦੀ ਯਾਦ ਕੋਈ? ਇਹ ਤਾਂ ਹੁਣ ਯਾਦ ਤਾਂ ਸਾਰਾ ਨਹੀਂ ਰਹਿੰਦੀ, ਵੀ ਇੱਧਰ ਇਹੋ ਕਰਦੇ ਸੀ, ਚੱਕਦੇ ਸੀ, ਭੱਜ ਆਉਂਦਾ ਸੀ, ਸਾਰਾ ਕੁਛ ਇਹੋ ਕਰਦੇ ਸੀ। ਕਿਵੇਂ ਖੇਡਦਾ, ਕੀ ਕੁਛ ਬਣਾ ਕੇ ਖੇਡਦਾ? ਛੋਟਾ ਹੁੰਦਾ ਸਾਰਾ ਕੁਛ, ਕਦੇ ਟੱਪਣ ਲੈ ਲਿਆ, ਕਦੇ ਢੋਲਕੀ ਬਜਾ ਲਈ, ਵੀ ਮੈਂ ਉਹ ਬਣੂੰਗਾ ਕਲਾਕਾਰ। ਸਾਨੂੰ ਕੋਈ ਇੰਨੀ ਐਂ ਮਨ 'ਚ ਨਹੀਂ ਸੀ ਆਉਂਦੀ ਸੀ ਵੀ ਸਿੱਧਾ ਸਾਦਾ ਸੀ ਵੀ ਕੋਈ ਐਡਾ ਐਡਾ ਬਣ ਜੂਗਾ ਸਾਡਾ ਪੁੱਤਾ। ਮਾਤਾ ਜੀ ਸਿੱਧੂ ਮੂਸੇ ਵਾਲਾ ਛੋਟੇ ਪੈਰੀ ਵਾਪਸ ਆਇਆ? ਹਾਂ, ਛੋਟੇ ਪੈਰੀ ਵਾਪਸ ਆ ਗਿਆ ਬਾਈ, ਵਧੀਆ ਚਾਅ ਚੜ ਗਿਆ, ਸਭ ਸਭ ਨੂੰ ਹੀ ਚੜ ਗਿਆ, ਆਪ ਨੂੰ ਵੀ ਚਾਅ ਚੜ ਗਿਆ, ਵਧੀਆ ਕੋਠੀ 'ਚ ਰੌਣਕਾਂ ਲੱਗ ਗਈਆਂ। ਹੈਂ, ਆਪਦਾ ਮੌਜ ਨਾਲ ਚੱਲ, ਆਪਦੇ ਬਾਈ ਜਵਾਕ ਨੂੰ ਮਾਂ ਪਿਓ ਪਾਲੂ, ਹੱਸਣਗੇ ਖੇਡਣਗੇ, ਡਰ ਤਾਂ ਹੋ ਹੀ ਜਾਣਾ ਬੱਚੇ ਨੇ। ਹੈਂ, ਪਹਿਲਾਂ ਦੁੱਖ ਵਿਚਾਰੇ ਦਾ ਤਾਂ ਉਹ ਤਾਂ ਵਧੇ ਥਾਂ ਹੈ। ਹੈਂ, ਪਰ ਬਹੁਤ ਵਧੀਆ ਖੁਸ਼ੀ ਹੋਈ ਹੈ, ਲੱਖਾਂ ਕਰੋੜਾਂ ਮਾਵਾਂ ਨੌਜਵਾਨਾਂ ਦੁਆਵਾਂ ਦੀ ਅਸਰ ਹੋਇਆ। ਹਾਂ, ਅਸਰ ਸਭ ਤੇ ਹੋ ਗਿਆ ਬਾਈ, ਅਸਰ ਸਭ ਤੇ ਹੋ ਗਿਆ, ਮਹਾਰਾਜਾ ਸਭ ਦੇ ਹੀ। ਹੈਂ, ਅੱਜ ਮਹਾਰਾਜ ਬੌੜ ਗਿਆ ਕੋਠੀ 'ਚ ਇਹਨਾਂ ਦੀ, ਮਾਂ ਪਿਓ ਦਾ ਆਤਮਾ ਠਰ ਗਈ, ਸਾਡੀ ਵੀ ਨਾਲ ਆਤਮਾ ਠਰ ਗਈ, ਸਭ ਦੀ ਠਰ ਗਈ, ਵਧੀਆ ਹੋ ਗਿਆ ਬਾਈ। ਹਾਂ, ਉਹ ਤਾਂ ਵੱਜਣੀ ਨਗੇ, ਗੂੰਜਣੀ ਨਗੇ, ਉਹੀ ਸਾਵੇਂ ਸਿੱਧੂ ਆਏ ਹੈਗਾ, ਜੇ ਉਹ ਦਿਨ ਸਾਵੇਂ ਨਗੇ, ਸਾਵਾਂ ਸਿੱਧੂ ਹੀ ਆ ਗਿਆ। ਅੱਜ ਪੂਰੀ ਖੁਸ਼ੀ ਹੈ? ਹਾਂ, ਅੱਜ ਪੂਰੀ ਖੁਸ਼ੀ ਹੈ, ਜਮਾਂ ਵਧੀਆ ਭਾਈ ਖੁਸ਼ੀ, ਸਾਨੂੰ ਤਾਂ ਸਭ ਨੂੰ ਵੀ ਖੁਸ਼ੀ ਹੈ, ਲੋਕਾਂ ਨੂੰ ਵੀ ਖੁਸ਼ੀ ਹੈ, ਸਭ ਨੂੰ ਹੀ ਹੈ। ਸਾਡੇ ਤਾਂ ਅੱਜ ਚਾਨਣ ਹੋ ਗਏ ਸਾਡੇ ਪਿੰਡ ਦੇ ਵਿੱਚ, ਵਧੀਆ ਬਿਲਕੁਲ। ਸਿੱਧੂ ਮੂਸੇਵਾਲੇ ਦੇ ਘਰ ਜਿਹੜਾ ਅੱਜ ਖੁਸ਼ੀ ਮਨਾਈ ਜਾ ਰਹੀ ਹੈਗੀ, ਸਿੱਧੂ ਦੀਆਂ ਦਾਦੀਆਂ ਨੇ, ਸਿੱਧੂ ਦੇ ਦੋਸਤਾਂ ਨੇ ਤੇ ਸਿੱਧੂ ਦੀ ਮਾਸੀ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਛੋਟਾ ਸਿੱਧੂ ਜਿਹੜਾ ਵਾਪਸ ਹਵੇਲੀ ਜਿਹੜਾ ਅੱਜ ਪਰਤਿਆ ਗਿਆ, ਤਾਂ ਪੂਰਾ ਖੁਸ਼ੀ ਦਾ ਮਾਹੌਲ ਆ, ਡੀਜੇ ਚਲਾਏ ਜਾ ਰਹੇ ਨੇ ਤੇ ਉੱਥੇ ਜਿਹੜੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਅਮਰਜੀਤ ਸਿੰਘ, ਪੰਜਾਬ ਤੱਕ, ਮੂਸਾ, ਮਾਨਸਾ।